ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਮੇਰਿਆਂ ਬੋਲਾਂ ਨੂੰ ਬੜਾ ਹੀ ਪਿਆਰ ਦਿੱਤਾ, ਭਾਵੇਂ ਏਟੀ ਵਾਲੇ ਸ਼ੇਰ ਦੀ ਗੱਲ ਹੈ, ਭਾਵੇਂ 16 ਦੇ ਟਾਇਰਾਂ ਨਾਲ ਚੱਕਿਆ 855 ਰੰਡਿਆਲੇ ਵਾਲਿਆ ਖੰਘਣ ਨਹੀਂ ਦਿੰਦਾ ਮਰੂਤੀ ਨੂੰ, ਅਤੇ ਭਾਵੇਂ 900 ਵਾਲੇ ਸ਼ੇਰ ਦੀ ਗੱਲ ਹੈ, ਤੁਸੀਂ ਬੜਾ ਹੀ ਪਿਆਰ ਅਤੇ ਸਤਿਕਾਰ ਦਿੱਤਾ ਮੇਰਿਆਂ ਬੋਲਾਂ ਨੂੰ। ਹੁਣ ਇੱਕ ਨਵਾਂ ਸ਼ੇਰ ਜਿਹੜਾ ਲਿਖਿਆ ਉਹ ਤੁਹਾਡੇ ਮੈਂ ਰੂਬਰੂ ਕਰਨ ਲੱਗਿਆ। ਕਹਿੰਦਾ ਜਿਹੜਾ ਬੰਦਾ ਸਿਰਫ ਜਿਸਮ ਦਾ ਭੁੱਖਾ ਉਹਨੂੰ ਕੀ ਪਤਾ ਕਿ ਪਿਆਰ ਹੁੰਦਾ, ਜਿਉਂਦੇ ਮਾਪਿਆਂ ਤੋਂ ਗੱਭਰੂ ਪੁੱਤ ਦਾ ਸਰੀਰੀ ਵਿਛੋੜਾ ਨਹੀਂ ਕਦੇ ਸਹਾਰ ਹੁੰਦਾ, ਜਿਹੜੇ ਜਿੱਤਣ ਲਈ ਕੌਡੀਆਂ ਪਾਉਂਦੇ ਆ ਉਹਨਾਂ ਤੋਂ ਪੈਸੇ ਲੈ ਕੇ ਨਹੀਂ ਹਾਰ ਹੁੰਦਾ, ਕਿੱਥੇ ਬਹਿਣੀ ਉਹਦੇ ਡੌਲੇ 'ਤੇ ਫੋਟੋ ਸ਼ੇਰ ਦੀ ਜੀ ਦੀ ਰੋਟੀ 'ਤੇ ਅੰਬ ਦਾ ਚਾਰ ਹੁੰਦਾ, ਕੌਮ 'ਤੇ ਭੀੜ ਹੈ ਪੈਂਦੀ ਪਿੱਛੋਂ ਸੂਰਮਾ ਪਹਿਲਾਂ ਸ਼ਹੀਦੀ ਲਈ ਤਿਆਰ ਹੁੰਦਾ, ਜਿਹੜੇ ਅਣਖ ਲਈ ਜੰਦੜੀਆਂ ਵਾਰਦੇ ਆ ਇਕੱਠ ਉਹਨਾਂ ਦੇ ਭੋਗਾਂ 'ਤੇ ਬੇਸ਼ੁਮਾਰ ਹੁੰਦਾ, ਉੱਤੋਂ ਦੀ ਪਾ ਕੇ ਗਾਤਰਾ 'ਤੇ ਰਾਤ ਨੂੰ ਪੀਂਦਾ ਦਾਰੂ ਉਹ ਤਾਂ ਫੋਕਾ ਹੀ ਜਥੇਦਾਰ ਹੁੰਦਾ, ਅੱਜ ਦਾ ਕਿਸਾਨ ਦੱਬ ਲਿਆ ਕਰਜ਼ਿਆਂ ਨੇ ਉਹ ਤੋਂ ਬਿਜਲੀ ਦਾ ਬਿੱਲ ਨਹੀਂ ਤਾਰ ਹੁੰਦਾ, ਦਿੱਲੀ ਦੰਗਿਆਂ ਦਾ ਉਹ ਬੰਦੇ ਮੁੱਦਾ ਚੁੱਕਦੇ ਆ ਜਿਨ੍ਹਾਂ ਤੋਂ ਕੁੱਤੇ ਦੇ ਡੰਡਾ ਨਹੀਂ ਮਾਰ ਹੁੰਦਾ, ਪੈਸੇ ਖਾਤਰ ਹਿੱਕ 'ਤੇ ਲਟਾਉਂਦੀ ਆ ਕੰਜਰੀ ਉਹਨੂੰ ਕੀ ਪਤਾ ਕਿ ਪਿਆਰ ਹੁੰਦਾ, ਅੱਜ ਦਾ ਕਿਸਾਨ ਦੱਬ ਲਿਆ ਕਰਜ਼ਿਆਂ ਨੇ ਉਹ ਤੋਂ ਬਿਜਲੀ ਦਾ ਬਿੱਲ ਨਹੀਂ ਤਾਰ ਹੁੰਦਾ, ਕਿੱਥੇ ਪੰਜਾਬ 'ਚ ਡੇਰੇ ਉਸਰਨੇ ਸੀ ਜਿਉਂਦਾ ਭਿੰਡਰਾਂ ਵਾਲਾ ਸਰਦਾਰ ਹੁੰਦਾ, ਸਕੇਲਾਂ 'ਤੇ ਕੱਢ ਲੈਂਦੇ ਆ ਪੱਟੂ ਜਦੋਂ ਲੱਦਿਆ ਵਿੱਚੋਂ ਵੱਧ ਭਾਰ ਹੁੰਦਾ, ਢਾਡੀ ਉਹ ਬੰਦੇ ਦੀਆਂ ਵਾਰਾਂ ਨਹੀਂ ਗਾਉਂਦੇ ਜਿਹੜਾ ਕੌਮ ਦਾ ਗਦਾਰ ਹੁੰਦਾ, ਸੂਰਮੇ ਦੀ ਇੱਕ ਨਿਸ਼ਾਨੀ ਆ ਮਿੱਤਰ ਉਹ ਤੋਂ ਥੱਲੇ ਢਿੱਗੇ ਪਏ 'ਤੇ ਨਹੀਂ ਵਾਰ ਹੁੰਦਾ, ਅਤੇ ਪੰਗਾ ਸਰਪੰਚੀ ਦਾ ਜ਼ਰੂਰ ਲੈਣਾ ਸੀ ਜੇ ਆਇਆ ਨਾ ਰੰਡਿਆਲੇ ਵਾਲਾ ਬਾਹਰ ਹੁੰਦਾ, ਜੇ ਆਇਆ ਨਾ ਰੰਡਿਆਲੇ ਵਾਲਾ ਬਾਹਰ ਹੁੰਦਾ।